जी सारे आस करदा तुसीं सारे ठीक ठाक होवोंगे। तां तुसीं एक मैप देख रहे हो, ये मैप बहुत पुराना है। किस तरह इस दे विच समझाउण दी कोशिश करांगे कि मैप दे विच की है, उत्ते तुसीं पढ़ भी सकदे हो किंगडम ऑफ शेरे पंजाब महाराजा रणजीत सिंह जी 1849 डिवाइडेड बाय ब्रिटिश 1947 दे विच जिवें मैप बनाया गया सी, किस तरह पंजाब नूं जां पंजाब दे नाल जिन्ने भी लगदे होए सरहदां सी उन्हां नूं किस तरह एकजुट किया जा सकता सी, जां किवें उन्हां नूं एक लुट्टिया जा सकता ते एक हिसाब नाल हुण वी लुट्टण दी कोशिश की जा रही है, पंजाब नूं वी छोटा जिहा कर दिता गया। तां समझांगे इस दे विच की कुछ है जो कि महाराजा रणजीत सिंह जी दे नाल जुड़िया होया। ਭਾਅ ਜੀ ਤੁਹਾਡਾ ਨਾਮ ਕੀ ਹੈ, ਤਾਂ ਨਾਮ ਦੱਸ ਕੇ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਕਿ ਮੇਰਾ ਨਾਮ ਹੈ ਜੀ ਅਤੇ ਮੈਂ ਮੋਹਾਲੀ ਦਾ ਰਹਿਣ ਵਾਲਾ ਜੀ। ਇਹ ਨਕਸ਼ਾ ਜਿਹੜਾ ਮੈਪ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਕਸ਼ਾ 1849 ਚ, ਇਹ ਅੰਗਰੇਜ਼ਾਂ ਨੇ ਪੰਜਾਬ ਨੂੰ ਅਨੈਕਸ ਕਰਨ ਤੋਂ ਪਹਿਲਾਂ ਪੰਜਾਬ ਦਾ ਨਕਸ਼ਾ ਬਣਾ ਲਿਆ ਸੀਗਾ। ਸੋ ਦੁਨੀਆਂ ਦੇ ਵਿੱਚ ਜੇ ਕੋਈ ਰਾਜ ਭਾਗ ਸਭ ਤੋਂ ਵਧੀਆ ਚੁਣਿਆ ਗਿਆ ਦੇਸ਼ ਪੰਜਾਬ ਦਾ ਚੁਣਿਆ ਗਿਆ ਹੈ ਨਾ, ਵੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੁਣਿਆ ਗਿਆ ਸਭ ਤੋਂ ਬੈਸਟ ਰਾਜ ਤੇ ਉਹ ਨੰਬਰ 1 ਤੇ ਚੁਣਿਆ ਗਿਆ। ਜੇ ਸਭ ਤੋਂ ਨੰਬਰ 1 ਤੇ ਜਰਨੈਲ ਕੋਈ ਚੁਣਿਆ ਗਿਆ ਤਾਂ ਹਰੀ ਸਿੰਘ ਨਲੂਆ ਚੁਣਿਆ ਗਿਆ ਆਲ ਓਵਰ ਦਾ ਵਰਲਡ ਚੋਂ ਹੈ ਨਾ। ਜੇ ਅੰਗਰੇਜ਼ ਸਾਨੂੰ ਜਾਣ ਲੱਗੇ ਸਾਡਾ ਐਡਾ ਹੀ ਕੀਤਾ ਸਾਨੂੰ ਦੇ ਜਾਂਦੇ ਬਾਈ, ਅਸੀਂ ਦੁਨੀਆਂ ਦੀ ਨੰਬਰ 1 ਕੰਟਰੀ ਬਣਾ ਦੇਣਾ, ਤਾਂ ਅੰਗਰੇਜ਼ਾਂ ਨੇ ਉਰੇ ਆ ਕੇ ਨੌਕਰੀਆਂ ਕਰਨੀਆਂ, ਸਾਡੇ ਨਿਆਣੇ ਬਾਹਰ ਜਾਣ ਦੀ ਲੋੜ ਨਾ ਪੈਂਦੀ। ਮਤਲਬ ਜਿਹੜਾ ਅੰਗਰੇਜ਼ਾਂ ਨੇ ਇਸ ਤਰ੍ਹਾਂ ਵੰਡ ਦਿੱਤਾ ਰਾਜਸਥਾਨ ਅਲੱਗ, ਹਰਿਆਣਾ ਅਲੱਗ, ਜੰਮੂ ਕਸ਼ਮੀਰ ਅਲੱਗ, ਇੱਧਰ ਇੰਡੀਆ ਵਾਲਿਆਂ ਨੇ ਕੱਢਿਆ ਬਾਅਦ ਚ ਆਲਰੇਡੀ। ਪਹਿਲਾਂ ਜਿਹੜਾ ਅੱਧੇ ਤੋਂ ਜ਼ਿਆਦਾ ਜਿਹੜਾ ਪੰਜਾਬ ਸੀ ਪਾਕਿਸਤਾਨ ਚਲਾ ਗਿਆ, ਜਿਹੜਾ ਇੱਧਰ ਰਹਿੰਦਾ ਪੰਜਾਬ ਸੀਗਾ ਉਹਦੇ ਚੋਂ ਹਰਿਆਣਾ ਕੱਢ ਨਿਕਲ ਗਿਆ, ਹਿਮਾਚਲ ਨਿਕਲ ਗਿਆ, ਕਸ਼ਮੀਰ ਨਿਕਲ ਗਿਆ, ਚੰਡੀਗੜ੍ਹ ਨਿਕਲ ਗਿਆ। ਸੋ ਜਿਹੜਾ ਹੁਣ ਵੀ ਰਹਿੰਦਾ ਪੰਜਾਬ ਉਹਨੂੰ ਵੀ ਵੰਡਣ ਫਿਰਦੀਆਂ ਸਰਕਾਰਾਂ। ਤਾਂ ਇਸ ਦੇ ਵਿੱਚ ਨਕਸ਼ੇ ਦੇ ਵਿੱਚ ਕੀ ਕੁਛ ਦੇਖਿਆ ਜਾਂਦਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜਿਆ ਜਾ ਰਿਹਾ, ਤਾਂ ਇਸ ਨਕਸ਼ੇ ਵਿੱਚ ਖਾਸ ਕੀ ਹੈ ਜਿਹੜਾ ਉਹਨਾਂ ਦੇ ਨਾਲ ਜੁੜਦਾ? ਇੱਦਾਂ ਹੈਗਾ ਵੀ ਦੁਨੀਆਂ ਦੇ ਵਿੱਚ ਉਹਦੇ ਰਾਜ ਭਾਗ ਦਾ ਜਿਹੜਾ ਸੀਗਾ ਵਧੀਆ ਤਾਂ ਹੀ ਚੁਣਿਆ ਗਿਆ ਵੀ ਜੇ ਕੀਤਾ ਉਹਨੇ ਵਧੀਆ। ਸੋ ਇਹਦੇ ਵਿੱਚ ਪੰਜੇ ਦਰਿਆ ਨਜ਼ਰ ਆਉਂਦੇ ਆ, ਇਸ ਨਕਸ਼ੇ 'ਚ ਪੰਜੇ ਦਰਿਆ ਨਜ਼ਰ ਆਉਂਦੇ ਨੇ। ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਰਾਜ ਭਾਗ ਹੁੰਦਾ ਸੀਗਾ 1.5 ਲੱਖ ਮੁਰੱਬਾ ਮੀਲ। ਸੋ 1947 'ਚ ਵੰਡ ਹੋਈ, 1947 ਦੀ ਵੰਡ ਨੇ ਪੰਜਾਬ ਵੰਡਿਆ, 10 ਲੱਖ ਬੰਦਾ ਪੰਜਾਬ ਦਾ ਮਰਿਆ, ਉਹ 'ਚ ਪੰਜਾਬ ਦੇ ਹਿੰਦੂ ਵੀ ਮਰੇ, ਪੰਜਾਬ ਦੇ ਸਿੱਖ ਵੀ ਮਰੇ, ਪੰਜਾਬ ਦੇ ਮੁਸਲਮਾਨ ਵੀ ਮਰੇ, ਅਜਾੜਾ ਵੀ ਪੰਜਾਬ ਦਾ ਹੋਇਆ, ਚਾਹੇ ਉਹ ਲਹਿੰਦਾ ਪੰਜਾਬ ਦਾ ਹੋਇਆ, ਚਾਹੇ ਉਹ ਚੜ੍ਹਦੇ ਪੰਜਾਬ ਦਾ ਹੋਇਆ ਜੀ, ਠੀਕ ਹੈ। ਅਤੇ ਜ਼ਰਾਇਮ ਪੇਸ਼ਾ ਵੀ ਇਹਨਾਂ ਨੇ ਸਾਨੂੰ ਕਿਹਾ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ, 10 ਅਕਤੂਬਰ 1947 ਨੂੰ ਇਹ ਸਰਕੂਲਰ ਕੱਢਿਆ ਜਾਂਦਾ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬਸ ਵੀ, ਜ਼ਰਾਇਮ ਪੇਸ਼ਾ ਲੋਕ ਨੇ, ਇਹਨਾਂ ਦੇ ਜਿਹੋ ਜਿਹਾ ਮਰਜ਼ੀ ਕਾਨੂੰਨ ਬਣਾਓ, ਇਹਨਾਂ ਨੂੰ ਅੰਦਰ ਡੱਕੋ। ਸੋ ਜ਼ਰਾਇਮ ਪੇਸ਼ਾ ਵੀ ਅਸੀਂ ਹੋ ਗਏ, ਬੰਦੇ ਵੀ ਸਾਡੇ 10 ਲੱਖ ਮਾਰ ਗਏ, ਅਜਾੜਾ ਵੀ ਸਾਡੇ ਹੋਏ, ਸਭ ਕੁਝ ਨਸਲਕੁਸ਼ੀਆਂ ਵੀ ਸਾਡੀਆਂ ਹੋਈਆਂ, ਅਤੇ ਅਸੀਂ ਜ਼ਰਾਇਮ ਪੇਸ਼ਾ ਵੀ ਹੋ ਗਏ ਦੇਸ਼ 'ਚ। ਇਸ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ, ਇੱਕ ਬੜੀ ਚੰਗੀ ਗੱਲ ਕਹੀ ਸੀ ਤੁਸੀਂ ਕਿ ਇੱਕ ਕਿਸੇ ਨੂੰ ਵੀ ਕੁਛ ਕਿਸੇ 'ਤੇ ਦਬਾਅ ਬਣਾਉਣਾ ਹੋਵੇ, ਕਬਜ਼ੇ 'ਚ ਲੈਣਾ ਹੋਵੇ, ਉਹਦਾ ਅੰਗਰੇਜ਼ ਨਕਸ਼ਾ ਤਿਆਰ ਕਰਦੇ ਸੀ, ਤਾਂ ਨਕਸ਼ੇ ਦੀ ਗੱਲ ਜੋ ਭਾਰਤ ਦਾ ਨਕਸ਼ਾ, ਜੋ ਪੰਜਾਬ ਦਾ ਵੱਖ ਵੱਖ ਕੰਟਰੀਆਂ ਦੇ ਨਕਸ਼ੇ ਬਣੇ ਹੋਏ ਨੇ, ਤਾਂ ਫਿਰ ਇਹ ਲਾਭਦਾਇਕ ਨਹੀਂ ਹੈਗੇ ਲੋਕਾਂ ਦੇ ਲਈ ਜਾਂ ਨੁਕਸਾਨਦਾਇਕ ਨੇ? ਨਹੀਂ, ਭਾਰਤ ਤਾਂ ਉਦੋਂ ਐਗਜ਼ਿਸਟ ਨਹੀਂ ਸੀ ਕਰਦਾ, 47 ਤੋਂ ਬਾਅਦ ਐਗਜ਼ਿਸਟ ਕਰਦਾ। 2% ਸਿੱਖ ਅਸੀਂ, 2% ਆ ਸਿੱਖ ਕੌਮ ਹੈ ਨਾ, 2% ਹੋਣ ਦੇ ਬਾਵਜੂਦ ਸਾਡੀਆਂ ਕੁਰਬਾਨੀਆਂ 90% ਨੇ, ਤੇ ਸਾਨੂੰ ਇਨਾਮ ਇੱਥੇ ਕੀ ਮਿਲ ਰਿਹਾ ਇਹ ਤੁਹਾਨੂੰ ਪਤਾ ਹੀ ਆ, ਬੰਦੀ ਸਿੰਘ ਹੁਣ ਤੱਕ ਜੇਲ੍ਹਾਂ 'ਚ ਨੇ, ਮਹਾਰਾਜ ਸੀ ਦਾ ਰਾਜ ਕੁੱਤੇ ਦੇ ਗਲ 'ਚ ਸੋਨੇ ਦਾ ਕੈਂਠਾ ਪਾ ਕੇ ਛੱਡਿਆ ਗਿਆ ਸੀ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਕੁੱਤੇ ਦੇ ਗਲ 'ਚੋਂ ਕੈਂਠਾ ਲਾ ਲਵੇ, ਹੁਣ ਜਨਾਨੀਆਂ ਪਿੱਤਲ ਦੀ ਚੈਨੀਆਂ ਪਾ ਕੇ ਨਿਕਲ ਜਾਣਾ ਤਾਂ ਲੋਕ ਮਿੰਟ ਨਹੀਂ ਮਾਰਦੇ, ਝਪਟ ਝਪਟ ਮਾਰ ਕੇ ਲੈ ਜਾਂਦੇ, ਖੋਹ ਕੇ ਲੈ ਜਾਂਦੇ ਆ, ਠੀਕ ਆ। ਉਹਦਾ ਰਾਜ ਭਾਗ ਐਡਾ ਵਧੀਆ ਪ੍ਰਬੰਧ ਸੀ, ਜਾਣੀ ਵੀ ਕੁੱਤਾ ਵੀ ਬੇਖੌਫ ਹੋਇਆ ਘੁੰਮਦਾ ਸੀ ਸੋਨਾ ਪਾ ਕੇ, ਹੁਣ ਜਨਾਨੀਆਂ ਪਿੱਤਲ ਪਾ ਕੇ ਵੀ ਸੋਨਾ ਬੇਖੌਫ ਨਹੀਂ ਘੁੰਮ ਨਹੀਂ ਸਕਦੀਆਂ, ਮਤਲਬ ਡਰ ਹੈ ਕਿਤੇ, ਡਰ ਹੈ ਕਿਤੇ ਨਾ ਕਿਤੇ, ਰਾਜ ਵਧੀਆ ਰਾਜ ਭਾਗ ਦੀ ਇਹੀ ਨਿਸ਼ਾਨੀਆਂ ਹੁੰਦੀਆਂ ਨੇ, ਇਹਨਾਂ ਨੂੰ ਰਾਜ ਕਰਨਾ ਨਹੀਂ ਆਇਆ, ਰਾਜ ਤਾਂ ਅਸੀਂ ਬਹੁਤ ਵਧੀਆ ਸੀ ਸਾਡਾ ਜੀ, ਬਹੁਤ ਵਧੀਆ ਰਾਜ ਸੀਗਾ, ਉਹਦੇ ਵਰਗਾ ਖੁਸ਼ਹਾਲ ਰਾਜ ਅੱਜ ਤੱਕ ਮੇਰਾ ਖਿਆਲ ਕਿਸੇ ਨੇ ਨਹੀਂ ਕਰਿਆ, ਤਾਂ ਹੀ ਇਹ ਚੁਣਿਆ ਨੰਬਰ 1 ਤੇ ਜੀ। ਇਸ ਦੇ ਵਿੱਚ ਤੁਸੀਂ ਜਿਵੇਂ ਇਹ ਮੈਪ ਜਿਵੇਂ ਅਸੀਂ ਦੇਖ ਰਹੇ ਹਾਂ ਪੂਰਾ ਬਣਾਇਆ ਹੋਇਆ, ਇਸ ਦੇ ਵਿੱਚ ਜਿਹੜੇ ਜਿਹੜੇ ਜਿਵੇਂ ਤੁਸੀਂ ਦੱਸ ਰਹੇ ਹੋ ਜਿੱਥੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ, ਤਾਂ ਸਾਫ਼ ਤੌਰ 'ਤੇ ਪੰਜਾਬੀਆਂ ਨੂੰ ਕਿਉਂ ਅਪੀਲ ਹੋਏਗੀ, ਇਸ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਇਹ ਮੈਸੇਜ ਇੱਕ ਬੱਚਿਆਂ ਨੂੰ ਦੱਸਣ ਵਾਸਤੇ ਆ ਵੀ ਭਾਈ ਸਾਡਾ ਰਾਜ ਭਾਗ ਕਿੱਥੋਂ ਤੱਕ ਸੀਗਾ, ਵੀ ਅਸੀਂ ਦੁਨੀਆਂ 'ਚ ਕਿੱਡੇ ਵੱਡੇ ਰਾਜੇ ਸੀਗੇ ਹੈ ਨਾ, ਸਾਨੂੰ ਕਿੱਥੇ ਲਿਆ ਕੇ ਖੜਾ ਕਰਤਾ। ਅੱਜ ਦੇ ਅਗਰ ਜੇ ਮੈਪ 'ਚ ਦੇਖੀ ਜਾਵੇ ਪੰਜਾਬ ਬਿਲਕੁਲ ਛੋਟਾ ਜਿਹਾ, ਬਹੁਤ ਛੋਟਾ, ਇਹਦਾ ਤਾਂ ਕੁਛ ਵੀ ਹਿੱਸਾ ਨਹੀਂ ਰਿਹਾ ਪੰਜਾਬ ਦਾ, ਜਿਹੜਾ ਆਹ ਪੰਜਾਬ ਸੀ ਸਾਡਾ ਇਹਦਾ ਤਾਂ ਕੁਛ ਵੀ ਹਿੱਸਾ ਨਹੀਂ ਰਿਹਾ, 20ਵਾਂ ਹਿੱਸਾ ਵੀ ਨਹੀਂ ਰਿਹਾ, ਉਹ ਤਾਂ ਬਹੁਤ ਬੜਾ ਪੰਜਾਬ ਸੀ ਸਾਡਾ। ਸੋ ਉਹ ਉਸ ਰਾਜ ਦੀਆਂ ਤਾਂ ਬਾਤਾਂ ਹੀ ਕੋਈ ਹੋਰ ਤੀਆਂ, ਪੂਰੇ ਵਰਲਡ ਦੇ ਵਿੱਚ 6 ਰੁੱਤਾਂ ਕਿਸੇ ਮੁਲਕ 'ਚ ਨਹੀਂ ਹੈਗੀਆਂ, ਪੰਜਾਬ 'ਚ ਨੇ, ਠੀਕ ਹੈ ਜੀ, ਅਤੇ ਅਸੀਂ 6 ਰੁੱਤਾਂ ਦਾ ਆਨੰਦ ਮਾਣਦੇ ਹਾਂ, ਅਤੇ ਸਭ ਤੋਂ ਜ਼ਰਖੇਜ਼ ਧਰਤੀ ਪੰਜਾਬ ਦੀ ਹੈ ਪੂਰੇ ਵਰਲਡ 'ਚ।
ਤੇ ਇਸ ਕਰਕੇ ਅਸੀਂ ਇਹ ਨਕਸ਼ਾ ਇਸ ਕਰਕੇ ਦੱਸਿਆ ਵੀ ਲੋਕ ਬੱਚੇ ਜਿਹੜੇ ਨੇ ਆਪਣੀ ਹਿਸਟਰੀ ਨਾਲ ਜੁੜਨ, ਆਪਣੇ ਇਤਿਹਾਸ ਨੂੰ ਪੜ੍ਹਨ, ਆਪਣੇ ਇਤਿਹਾਸ ਨਾਲ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ। ਮਤਲਬ ਇਸ 'ਚ ਤੁਸੀਂ ਇਹ ਵੀ ਦੱਸ ਦਿੰਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿੱਥੋਂ ਕਿੱਥੋਂ ਤੱਕ ਗਏ ਸੀ, ਕਿੱਥੇ ਕਿੱਥੇ ਉਹਨਾਂ ਦਾ ਰਾਜ ਕਾਇਮ ਸੀ, ਤਾਂ ਇਹ ਮੈਪ ਤੁਸੀਂ ਬਿਲਕੁਲ ਦੇਖ ਸਕਦੇ ਹੋ। ਜਿਹੜਾ ਉਸ ਵੇਲੇ 47 ਦੇ ਵਿੱਚ ਵੰਡ ਦੇ ਵੇਲੇ ਜਿਵੇਂ ਪਾਕਿਸਤਾਨ ਇੱਧਰੋਂ ਪੰਜਾਬ ਕੋਲੋਂ ਚਲਾ ਗਿਆ ਕਿਉਂਕਿ ਵੱਖ ਕਰ ਦਿੱਤਾ ਗਿਆ ਸਾਰੀਆਂ ਚੀਜ਼ਾਂ ਤੋਂ, ਇਸ ਨਕਸ਼ੇ ਦੇ ਰਾਹੀਂ ਇਹ ਮੋਰਚੇ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਸਾਡਾ ਪੰਜਾਬ ਪਹਿਲਾਂ ਕੀ ਸੀ ਅਤੇ ਹੁਣ ਦੇਖ ਲਓ ਕੀ ਹੈ। ਤਾਂ ਇਹੀ ਮੈਸੇਜ ਦੇ ਰਹੇ ਨੇ ਕਿ ਅਲੱਗ ਨਾ ਹੋ ਪੰਜਾਬ ਨੂੰ, ਜਿਹੜਾ ਛੋਟਾ ਨਾ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਪੰਜਾਬ ਨੂੰ ਵੱਡਾ ਕੀਤਾ ਜਾਵੇ, ਬਲਕਿ ਜਿਹੜਾ ਜੰਮੂ ਕਸ਼ਮੀਰ ਆ ਉਹ ਪੰਜਾਬ ਤੋਂ ਖੋਇਆ ਗਿਆ। ਪਿੱਛੇ ਜੇ ਗੱਲ ਚੱਲ ਪਈ ਸੀ ਕਿ ਜੋ ਪਠਾਨਕੋਟ ਨੂੰ ਵੀ ਲੈ ਕੇ ਜਾ ਸਕਦੇ ਨੇ, ਪਰ ਇਹਨਾਂ ਦਾ ਇਹ ਮੈਸੇਜ ਹੈ ਕਿ ਸੁਚੇਤ ਹੋਵੋ ਤਾਂ ਜੋ ਪੰਜਾਬ ਨੂੰ ਹੋਰ ਵੱਡਾ ਕੀਤਾ ਜਾ ਸਕੇ। ਬਹੁਤ ਸ਼ੁਕਰੀਆ, ਥੈਂਕ ਯੂ।